मालिक सब का भला तो सब की खैर, जेड़े मेरे मालिक इन्हों वर्गा नेक बंदा कोई नहीं है, एक नौकरानी लाणो उन्होंने तो इन्होंने कभी नौकरानी समझिया ही नहीं, हमेशा उन्होंने बेटी की समझिया, सानू भी उन्होंने पुत्रां वरगू रखिया कभी नौकर समझिया ही नहीं, तो जी राणो उन्होंने कभी नौकरानी नहीं समझा, उन्होंने हमेशा अपनी छोटी भैन समझिया, वो दो रिश्ते से उन्होंने रिश्तेदार दोवे रिश्ता मंगते हैं बचपन की आई है इतने ही काम कर दी है, तो ना उन्होंने कभी उन्होंने वेख्या ना उन्होंने कभी वेख्या उन्होंने साहब ने हूँ वो दो मुंडियां इस वास्ते सद्या वा कि किहदे हक चो रिश्ता करते हैं वेखदे की बनता वा। जनाब की हाल है तेरा, ठीक ठाक हो? शुक्र अल्लाह दा, हां जी ठीक हो। जनाब पहचाने आ मेनू? नहीं। तुसी वाकई नहीं पहचाने? नहीं पहचाने। पाजी छत्ती चक चो आया, छत्ती चक चो। छत्ती चक चो? तुसी कड़े चक दे हो? मैं 35 चक दा। रोला ते एक चक दा या आपा हुणे मका लैंदे आ। पहली दफा शहर च आया। अच्छा पहली दफा? बड़ी टेंशन बनी है, बड़िया परेशानियां हुई। अच्छा लो जी बड़ा मैं ताडा पुछ के आया किसी कोलो। अच्छा किसी ने नहीं ताडा दसिया? फिर मैं एक बंदे ने पूछा, मैं कहा भाजी कंजरां दे घर जाना। अच्छा ओ फिर बूहे अगे छड़ गए भाई, चौधरी के पैर दे घर जाना सी। हां जी हां जी, ओ चौधरी चौधरी चौधरी, ओ पता नहीं ताडे लो कह रिया सी कोई। अच्छा चौधरी जल्लो तो कोई गल भी नहीं होई। अच्छा आए किधर हो? आए इधर आए जी, इधर आए। इधर मैं साह लेना है। साह लेन? ओ मेरी सुन ला गल, मैं बेवकूफा पिंडो आया। अच्छा अब मैं गली च टुरया, ओने एडी सोहनी चिट्टी गोरी। अच्छा एडी एडी ओदी अख, ओ एडी एडी ओदे लंबे वाल, ओ कौन सी? शेखां दी कुत्ती। ਉਹਨੂੰ ਮੈਂ ਵੇਖਿਆ, ਮੇਰੀਆਂ ਅੱਖਾਂ 'ਚ ਅੱਖਾਂ ਪਈਆਂ ਨੇ, ਮੈਂ ਗਾਣਾ ਸ਼ੁਰੂ ਕਰਤਾ। ਕਿਹੜਾ? ਸੋਹਣੀਆਂ ਅੱਖਾਂ ਵਾਲੀਏ ਮੈਂ ਰਹਿ ਗਿਆ ਤੇਰੇ ਤੇ, ਫੇਰ ਉਹ ਪੈ ਗਈ ਮੇਰੇ ਤੇ। ਉਹਨੇ 5-7 ਕੁੱਤੇ ਸੱਦ ਲਏ, ਫੇਰ ਮੈਂ ਨਹੀਂ ਡਰਿਆ। ਹਾਂ ਨਹੀਂ ਡਰਿਆ, ਮੈਂ ਕਿਹਾ ਤੇਰੀ ਕੱਲੀ ਦੇ ਕੁੱਤੇ ਵਾਕਫ ਨਹੀਂ, ਇੱਕ ਮੇਰਾ ਵੀ ਵਾਕਫ ਆ, ਆ ਜਰਾ ਵੱਡੀ ਨਾ ਭੌਂਕੀ ਜਾਈ। ਉਹ ਬੁੜੀ ਕੁੱਤੇ ਨੂੰ ਲੈ ਕੇ ਜਾ, ਇਹਦੇ ਨਾਲ ਤੇ ਉਹਨੂੰ ਸਰਨਾ ਹੀ ਕੁਛ ਨਹੀਂ। ਸਰਨਾ ਕੋਈ ਨਹੀਂ ਜਨਾਬ, ਮੈਨੂੰ ਪਤਾ ਲੱਗਾ ਤੁਹਾਡੀਆਂ ਬੱਚੀਆਂ ਨੂੰ ਵਿਆਹ ਦੀ ਹਾਜਤ ਹੋਈ ਹੈ। ਉਹ ਕੀ ਕਹਿ ਰਿਹਾ ਭਾਈ? ਮੈਂ ਸਹੀ ਕਹਿ ਰਿਹਾ ਜਨਾਬ। ਅੱਛਾ ਤੇਰਾ ਨਾਮ ਕੀ ਹੈ? ਮੇਰਾ ਨਾਮ ਹੈ ਦਿੱਤਾ ਨਾਈ। ਦਿੱਤਾ ਨਾਈ? ਨਾ ਛੂਹਰ ਛੱਡੇ ਨਾ ਮਾਈ। ਕਿਉਂ ਤੂੰ ਦਵਾਈ ਵੇਚਦਾ ਕੋਈ? ਨਹੀਂ ਨਹੀਂ ਭਾਈ, ਦਿੱਤਾ ਮੇਰਾ ਨਾਮ ਹੈ ਤੇ ਮੈਂ ਨਾ ਸ਼ਾਦੀ ਦੇ ਸਿਲਸਿਲੇ ਚ ਹਾਜ਼ਰ ਹੋਇਆ ਜੀ। ਤੇਰਾ ਵਿਆਹ ਹੋਇਆ ਪਹਿਲੇ? ਓ ਯਾਰ ਵਿਆਹ ਤੋਂ ਗੱਲ ਯਾਦ ਆਈ, ਤੈਨੂੰ ਵਿਆਹ ਦਾ ਵਾਕਿਆ ਦੱਸਣਾ ਭੁੱਲ ਗਿਆ। ਅੱਛਾ ਬੇਵਕੂਫਾ, ਤੂੰ ਜਦੋਂ ਸ਼ਹਿਰ ਆਇਆ ਤੂੰ ਪਿੰਡ ਦੀ ਖਬਰ ਹੀ ਨਹੀਂ ਲਈ? ਆਹੋ ਯਾਰ ਮੇਰੇ ਕੋਲ ਟਾਈਮ ਨਹੀਂ ਮਿਲਿਆ, ਮੈਂ ਖਬਰ ਕੀ ਲੈਣਾ। ਆ ਜੁਮੇ ਵਾਲੇ ਦਿਨ ਦਾ ਵਾਕਿਆ ਮੈਂ ਤੈਨੂੰ ਸੁਣਾਉਂਦਾ, ਇੱਧਰ ਆ। ਅੱਛਾ ਇੱਧਰ ਸੱਜੀ ਸਾਈਡ ਤੇ। ਅੱਛਾ ਜੁਮੇ ਦਾ ਵਾਕਿਆ ਸੁਣ ਲੈ। ਜੁਮੇ ਵਾਲੇ ਦਿਨ ਭਾਈ ਮੇਰੀ ਸ਼ਾਦੀ ਹੋਈ, ਮੈਂ ਬੁੱਢੀ ਨੂੰ ਘਰ ਲਿਆ। ਅੱਛਾ ਮੇਰੇ ਯਾਰ ਦੋਸਤ ਕਹਿੰਦੇ ਚੱਲੀਏ ਸ਼ਰਾਬ ਪੀ, ਫੇਰ ਤੈਨੂੰ ਪਤਾ ਪਿੰਡ 'ਚ ਰਹਿਣ ਵਾਲੇ ਸ਼ਰਾਬ ਤੋਂ ਬਗੈਰ ਗੁਜ਼ਾਰਾ ਨਹੀਂ। ਆਹੋ ਇੰਜੋਏ ਇੰਜੋਏ। ਆ ਉਹ ਭਾਈ ਮੈਂ ਸ਼ਰਾਬ ਪੀਣ ਗਿਆ, ਉੱਥੇ ਕੰਮ ਲੇਟ ਹੋ ਗਿਆ, ਫੇਰ ਬੁੱਢੀ ਨੂੰ ਗੁੱਸਾ ਚੜਿਆ, ਉਹਨੇ ਕੁੰਡੀ ਲਾ ਲਈ, ਮੈਂ ਬੜਾ ਦਰਵਾਜ਼ਾ ਖੜਕਾਇਆ, ਉਹਨੇ ਨਹੀਂ ਦਰਵਾਜ਼ਾ ਖੋਲ੍ਹਿਆ। ਮੈਂ ਕੰਨ ਟੱਪ ਕੇ ਗਿਆ, ਮੈਂ ਜਾ ਕੇ ਕਟਾਪਾ ਲਾਇਆ ਚੰਗਾ, ਪਹਿਲੇ ਦੇਣੀ ਉਹ ਲੜ ਕੇ ਆਪਣੇ ਪੇਕਿਆਂ ਦੇ ਚਲ ਗਈ। ਉੱਥੋਂ ਮੇਰੀ ਸੱਸ ਆ ਗਈ, ਕਹਿੰਦੀ ਤੂੰ ਮਾਰਿਆ ਮੇਰੀ ਧੀ ਨੂੰ, ਮੈਂ ਤੇ ਤੈਨੂੰ ਲਵਾ ਦਿਆਂਗੀ ਫਾਏ। ਕੀ ਕਹਿੰਦੀ? ਮੈਂ ਤੇ ਤੈਨੂੰ ਲਵਾ ਦਿਆਂਗੀ ਫਾਏ, ਲਵਾ ਫਾਏ। ਐਸੀ ਜੁਮੇ ਵਾਲੇ ਦਿਨ ਦਾ ਵਾਕਿਆ। ਅੱਛਾ ਅੱਗੋ ਹਫਤਾ ਆ ਗਿਆ, ਤੇ ਹਫਤੇ ਵਾਲੇ ਦਿਨ ਭਾਈ ਮੇਰਾ ਸਾਲਾ ਆ ਗਿਆ। ਅੱਛਾ ਉਹ ਕਹਿੰਦਾ ਤੂੰ ਮਾਰਿਆ ਮੇਰੀ ਮਾਂ ਨੂੰ ਤੇ ਨਾਲੇ ਮਾਰਿਆ ਮੇਰੀ ਭੈਣ ਨੂੰ, ਹਾਂ ਮੈਂ ਤੇ ਲਾ ਦੇਵਾਂਗਾ ਤੇਰੀਆਂ ਲੱਤਾਂ। ਕੀ ਕਹਿੰਦਾ? ਮੈਂ ਤੇ ਤੇਰੀਆਂ ਲਾ ਦੇਵਾਂਗਾ ਲੱਤਾਂ। ਲਾ ਲੱਤਾਂ ਲਾ। ਉਹ ਸਾਲਿਆ ਤੂੰ ਤੇ 10 ਦਿਨ ਰਹਿਆਂ ਤੇ ਮੇਰੀ ਤੇ ਲਾਸ਼ ਬਣਾ ਦੇਗਾ। ਐਸੀ ਹਫਤੇ ਦਾ ਵਾਕਿਆ। ਲੈ ਐਤਵਾਰ ਦਾ ਸੁਣ ਲਾ। ਐਤਵਾਰ ਵਾਲੇ ਦਿਨ ਛੁੱਟੀ ਨਹੀਂ ਹੁੰਦੀ? ਨਹੀਂ ਭਾਈ ਉਹ ਸਕੂਲਾਂ ਨੂੰ ਹੁੰਦੀ ਆ, ਕੰਜਰਾਂ ਨੂੰ ਨਹੀਂ। ਐਤਵਾਰ ਵਾਲੇ ਦਿਨ ਭਾਈ ਮੇਰਾ ਸਹੁਰਾ ਆ ਗਿਆ। ਅੱਛਾ ਉਹ ਕਹਿੰਦਾ ਤੂੰ ਮਾਰਿਆ ਮੇਰੀ ਪੂਰੀ ਫੈਮਿਲੀ ਨੂੰ, ਹਾਂ ਮੈਂ ਤੇ ਤੈਨੂੰ ਮਾਰਾਂਗਾ ਗੋਲੀਆਂ। ਕੀ ਕਹਿੰਦਾ? ਮੈਂ ਤੇ ਮਾਰਾਂਗਾ ਤੈਨੂੰ ਗੋਲੀਆਂ, ਮਾਰ ਗੋਲੀਆਂ। ਐਸੀ ਬਸ ਇੰਨੀ ਦਾਸਤਾਨ ਸੀ ਮੇਰੀ। ਅੱਛਾ ਪੀਰ ਦਾ ਮੈਂ ਵਾਕਿਆ ਮੈਂ ਤੈਨੂੰ ਸੁਣਾਉਂਦਾ। ਕਿਹੜੇ ਪੀਰ ਦਾ? ਮੇਰੇ ਪੀਰਾਂ ਨੇ ਕਿਹਾ ਵਾਕਿਆ ਨਹੀਂ ਸੁਣਨੇ ਮੈਨੂੰ ਤਾਂ
ਪਵਾ ਕੇ ਐਦਾਂ ਸੁਣਾਇਆ ਮੇਰੇ ਪੂਰੇ ਸਾਲ ਦੀ ਪਿੱਤ ਮਾਰਤੀ ਤੂੰ। ਭਾਜੀ ਮੇਰੀ ਸੁਣ ਲਾ ਗੱਲ, ਬਸ ਇੰਨੀ ਮੇਰੀ ਦਾਸਤਾਨ ਸੀ ਕਿ ਹੁਣ ਮੈਂ ਛਾਤੀ ਕਰਾਣੀ ਆ ਬਸ। ਉਹ ਨਹੀਂ ਸਾਲਿਆ ਸੁਣਨਾ ਪੈਣਾ ਵਾ। ਅੱਛਾ ਛੋਟਾ ਜਿਹਾ ਵਾਕਿਆ। ਨਹੀਂ ਨਹੀਂ ਤੇਰੇ ਕੱਦ ਤੋਂ ਲੱਗਾ ਤੂੰ ਛੋਟਾ ਹੀ ਹੈ। ਬਹਿ ਉਹ ਬਹਿਆ ਬਹਿ ਉਹ ਬਹਿ ਉਹ ਨਾ ਕਰ ਯਾਰ। ਉਹ ਨਹੀਂ ਬਹਿਆ ਉਹ ਰਹਿਣ ਦੇ ਮੇਰੇ ਹੁਣੇ ਪਿੰਡੇ ਚ ਸੀ ਸੀ ਹੁੰਦਾ। ਨਹੀਂ ਨਹੀਂ ਬਹਿਆ ਇੱਧਰ ਆ ਸੱਜੇ ਪਾਸੇ। ਸੱਜੇ ਪਾਸੇ ਅੱਛਾ ਪੀਰ ਦਾ ਵਾਕਿਆ। ਅੱਛਾ ਮੈਂ ਜਾਣਾ ਸੀ ਲਾਹੌਰ। ਲਾਹੌਰ ਉੱਥੇ ਕੀ ਅੰਬ ਲੈਣ ਜਾਣਾ ਸੀ? ਉਹ ਯਾਰ ਦਫਾ ਕਰਾ ਵਾਕਿਆ ਨੂੰ ਛੱਡ ਪਰਾਂ ਕੀ ਕਰਨਾ। ਵਾਰੀ ਪੂਰੀ ਦੇ ਜਾਣਾ ਕਿੱਥੇ ਆ? ਲਾਹੌਰ ਤੇ ਕਿਰਾਇਆ ਸ਼ਾਹਕੋਟ ਦਾ ਦੇਣੇ ਆ। ਹਾਂਜੀ ਭਾਜੀ ਗੱਡੀ ਕਿੱਧਰ ਜਾਣੀ? ਮੁਲਤਾਨ। ਲਾਹੌਰ ਦੀ ਸਵਾਰੀ ਬਿਠਾਈ ਕਿ ਪੜ੍ਹੇ ਲਿਖੇ ਹੋ? ਆਹੋ ਥੋੜਾ ਥੋੜਾ ਤੇ ਬੋਰਡ ਪੜ੍ਹ ਕੇ ਬਹਿਣਾ ਸੀ। ਭਾਜੀ ਸਮਝਦਾਰ। ਹਾਂਜੀ ਕੋਈ ਸਵਾਰੀ ਨਹੀਂ ਪੜ੍ਹੀ ਹੁੰਦੀ। ਚੱਲ ਗੱਡੀ ਡੋਰ। ਬੈਠਾ ਕਿੱਥੇ ਆ? ਥੱਲੇ। ਸਾਲਿਆ ਸਾਰੀਆਂ ਸੀਟਾਂ ਖਾਲੀ, ਤੂੰ ਭੁੰਜੇ ਬਹਿ। ਚੱਲ ਗੱਡੀ ਡੋਰ। ਆ ਡਰਾਈਵਰ ਦੀ ਸੀਟ ਤੇ ਬਹਿ ਗਈ। ਉਹ ਕੀ ਹੋਇਆ? ਤੁਹਾਨੂੰ ਕਿਸੇ ਨੇ ਨਹੀਂ ਦੱਸਿਆ ਚੱਲਦੀ ਗੱਡੀ ਦੇ ਅੱਗੋਂ ਦੀ ਨਹੀਂ ਲੰਘੀ? ਭਾਈ ਜਲੂਸ ਲਾਣੀ ਹੈ। ਕਿਸੇ ਨੇ ਨਹੀਂ ਦੱਸਿਆ ਚੱਲਦੀ ਗੱਡੀ ਦੇ ਸਿਰ ਦੀ ਬਾਹਰ ਕੱਢੀ ਦਾ। ਭੈਣੋ ਹੈ ਕੋਡਾ ਹੱਥ ਭਾਰਾ ਇਹਦਾ। ਚਲੋ ਬਸ ਕਰ ਬਕੂਏ ਖਤਮ ਕਰ, ਅੱਜ ਤੋਂ ਬਾਅਦ ਮੈਂ ਬਕੂਏ ਨਹੀਂ ਸੁਣਾਉਣੇ। ਮੈਨੂੰ ਇੱਕ ਡੇਢ ਸਾਲ ਦਾ ਬਕੂਆ ਯਾਦ ਆਇਆ। ਕੁਰਬਾਸ਼ ਮਹੀਨੇ ਦਾ ਸੁਣ ਲੈ, ਇੱਕ ਘੰਟੇ ਦਾ। ਤੈਨੂੰ ਬਹੁਤ ਡਰ ਆ ਤੇ ਆਪਣੇ ਹੱਲ ਲਈ ਆ। ਮੇਰੇ ਘਰ ਦੇ ਦੂਰ ਗਏ ਆ, ਤੁਹਾਡੇ ਹੱਲ ਤੇ ਹੈ ਸਾਰੇ ਨੇ, ਕਿਤੇ ਕੰਮ ਨੇ ਗੇੜੇ ਗਏ ਆ। ਜਦੋਂ ਬਚਪਨ ਚ ਪਈ ਸੀ ਤੈਨੂੰ ਕਾਣੋ। ਰਾਣੋ ਹੁਣ ਤੋਂ ਵੱਡੇ ਹੋ ਗਏ ਮਖਾਣੋ। ਮਖਾਣੋ ਤੈਨੂੰ ਵੀ ਚੇਤੇ ਆ ਗਈ? ਮੈਂ ਵੀ ਵੱਡਾ ਹੋ ਗਿਆ। ਹਾਂਜੀ ਤੇ ਉਹ ਵੀ ਵੱਡਾ ਹੋ ਗਿਆ। ਮੇਰਾ ਕਜ਼ਨ ਅਸੀ ਆਉਂਦਾ ਹੁੰਦਾ ਨਾਲ। ਕਿਹੜਾ ਕਜ਼ਨ? ਉਹ ਡਜ਼ਨ ਜਿਹੜਾ ਡਜ਼ਨ ਤੋਂ ਬਾਅਦ ਹੁੰਦਾ। ਇਜਾਜ਼ਤ ਹੋਵੇ ਦੋ ਘੁੱਟ ਲਾ ਲਈਏ। ਦੋ ਘੁੱਟ ਪੀਣਾ ਮੇਰੇ ਕੋਲ ਹੀ ਪੀ ਲੈ। ਤੇਰੇ ਕੋਲ
ਹੋਰ ਸੁਣਾਓ ਰਾਣਾ ਜੀ ਸਭ ਠੀਕ ਤੁਸੀਂ ਸੁਣਾਓ ਤੁਸੀਂ ਠੀਕ ਹੋ ਹਾਂ ਮੈਂ ਠੀਕ ਠਾਕ ਹਾਂ ਸ਼ੁਕਰ ਅੱਲਾ ਦਾ ਹੁਣ ਆਪਣਾ ਮਾਸ਼ਾਅੱਲਾ ਪਿੰਡ ਵੱਡਾ ਹੋ ਗਿਆ ਕਿੱਡਾ ਵੱਡਾ ਹੋ ਗਿਆ ਆ ਪਿਛਲੇ ਦਿਨਾਂ ਚ ਸਲਾਬ ਨਹੀਂ ਸੀ ਆਇਆ ਹਾਂਜੀ ਇੱਕ ਪਿੰਡ ਪਿੱਛੋਂ ਰੁੜ ਕੇ ਆਇਆ ਉਹ ਵੀ ਨਾਰ ਰਲ ਗਿਆ ਹੁਣ ਆਪਣਾ ਪਿੰਡ ਬਹੁਤ ਲੰਬਾ ਹੋ ਗਿਆ ਜੀ ਅੱਛਾ ਜੀ ਹਾਂ ਹੁਣ ਤਾਂ ਪਿੰਡ ਚ ਬਿਜਲੀ ਆ ਗਈ ਆ ਅੱਛਾ ਹਾਂ ਤੇਰੇ ਘਰ ਦੇ ਸਾਰੇ ਫੜੇ ਗਏ ਉਹ ਕਿਉਂ ਉੱਤੋਂ ਹੀ ਲਾਈਟ ਆ ਗਈ ਕੰਮ ਦੇ ਟਾਈਮ ਚੱਲ ਪਿਆ ਨਿਜ਼ਾਮ ਆ ਬਿਜਲੀ ਦਾ ਬਿੱਲ ਨਹੀਂ ਦਿੱਤਾ ਹੋਣਾ ਨਾ ਹਾਂ ਉਹ ਤਾਂ ਬਾਬਾ ਭਾਈ ਪਿੰਡ ਚ ਲਾਈਟ ਆਈ ਅੱਛਾ ਤੇਰੇ ਪਿਓ ਨੇ ਤੇਰੀ ਮਾਂ ਨੂੰ ਇਸਤਰੀ ਲਿਆ ਕੇ ਦਿੱਤੀ ਅੱਛਾ ਉਹਨੂੰ ਨਸੀ ਪਤਾ ਵਿਚਾਰੀ ਸਿੱਧੀ ਸੀ ਪਿੰਡ ਦੀ ਰਹਿਣ ਵਾਲੀ ਉਹਨੂੰ ਨਸੀ ਪਤਾ ਕੱਪੜੇ ਲਾ ਕੇ ਇਸਤਰੀ ਕਰੀਦੇ ਆ ਅੱਛਾ ਉਹ ਤੇਰੇ ਪਿਓ ਨੇ ਲਾਚਾ ਪਾਇਆ ਇੱਥੋਂ ਸ਼ੁਰੂ ਹੋਈ ਤੇਰੇ ਪਿਓ ਦਾ ਨਸੀਬ ਸੜ ਗਿਆ ਫਿਰ ਤੇਰੇ ਪਿਓ ਨੇ ਤੇਰੀ ਮਾਂ ਕੋ ਬਦਲਾ ਲਿਆ ਉਹ ਕੀ ਕੀਤਾ ਉਹ ਵੀ ਇੱਥੋਂ ਸ਼ੁਰੂ ਹੋਇਆ ਤੇਰੀ ਅੰਮੀ ਦੀ ਕਿਸਮਤ ਸੜ ਗਈ ਦੋਵੇਂ ਇੱਕ ਦੂਜੇ ਦੇ ਨਸੀਬ ਕਿਸਮਤ ਨੂੰ ਵੇਖਦੇ ਰਹਿੰਦੇ ਹੋਰ ਸੁਣਾ ਰਾਣਾ ਕੀ ਸੁਣਾਵਾ ਵੇ ਸੁਣਾ ਤੇ ਦਿੱਤਾ ਹੈ ਕਹਿ ਦੇ ਦਿੱਤਾ ਹੈ ਠੀਕ ਮਾਸ਼ਾਅੱਲਾ ਬੜੀ ਤਿਆਰ ਹੋਈ ਹੈ ਰਾਣਾ ਹਾਂਜੀ ਬਿਲਕੁਲ ਕਿੰਨੇ ਪੈਸੇ ਲੱਗੇ ਤਿਆਰ ਹੋਣ ਚ ਬਹੁਤ ਜ਼ਿਆਦਾ ਕਿੰਨੇ ਕੁ ਫੇਰ ਵੀ ਅੰਦਾਜ਼ਨ 10,000 ਰੁਪਿਆ ਕਿਉਂ ਇੰਨੀ ਕਾਲੀ ਯਾਰ ਪਿਆ ਮੇਕਅਪ ਤੇ ਲਾਤਾ ਡਰੈਸ ਕਿੰਨੇ ਦਾ ਲਿਆਈ ਡਰੈਸ ਡਰੈਸ ਮੇਰਾ 20,000 ਦਾ ਹੈ 20,000 ਰੁਪਏ ਦਾ ਹਾਂਜੀ ਸਹੀ ਗੱਲ ਹੈ ਤੈਨੂੰ ਕੀ ਫਰਕ ਪੈਂਦਾ 20,000 ਨੂੰ ਮੌਤ ਤੇ ਉਹਦੀ ਹੋਈ ਹੋਣੀ ਜਿਹਦਾ ਮੋਟਰਸਾਈਕਲ ਵਿਕਿਆ ਹਾਂ ਮੌਤ ਤੇ ਸ਼ਹਿਰ ਚ ਆ ਗਈ ਜਾਂ ਹਾਂਜੀ ਹੁਣ ਤੂੰ ਪਿੰਡ ਨੂੰ ਭੁੱਲ ਗਈ ਹੋਣੀ ਹੈ ਸਹੀ ਕਹਿ ਰਿਹਾ ਤੂੰ ਬਿਲਕੁਲ ਯਾਦ ਆ ਭਾਜੀ ਤੋਂ ਕਮਾਲ ਚ ਜਾਂਦੇ ਹੁੰਦੇ ਸੀ ਨਹੀਂ ਥੋੜਾ ਥੋੜਾ ਯਾਦ ਹੈ ਆ ਉਹਦਾ ਹੁੰਦਾ ਵੀ ਥੋੜਾ ਥੋੜਾ ਸੀ ਥੋੜਾ ਥੋੜਾ ਤੇ ਨਹੀਂ ਲੈ ਕੇ ਲਏ ਆਹ ਇਹ ਨਹੀਂ ਨੇ ਲਾਇਆ ਜੀ ਜਿਆਦਾ ਭਾਜੀ ਤੋਂ ਕਮਾਲ ਚ ਜਾਂਦੇ ਹੁੰਦੇ ਸੀਗੇ ਹਾਂਜੀ ਕਹਿ ਤੇ ਰਹੀ ਥੋੜਾ ਥੋੜਾ ਯਾਦ ਹੈ ਮੈਂ ਭੁੱਲ ਗਈ ਹਾਂ ਨਾ ਸਾਰਾ ਕੁਝ ਸ਼ਹਿਰ ਚ ਆ ਕੇ ਮੈਂ ਚੰਗਾ ਭਲਾ ਬਾਹਰ ਆ ਜਾਂਦਾ ਸੀ ਕਮਾਲ ਚ ਤੂੰ ਇੰਜ ਆਉਂਦੀ ਸੀ ਮੈਂ ਤੈਨੂੰ ਪੁੱਛਦਾ ਸੀ ਕੀ ਹੋਇਆ ਤੂੰ ਕਹਿੰਦੀ ਸੀ ਬਸ ਏਡਾ ਕੁ ਕਰਨਾ ਹੀ ਸੀ ਏਡਾ ਕੁ ਕਰਨਾ ਕੀ ਬਕਵਾਸ ਕਰ ਰਿਹਾ ਯਾਦ ਹੈ ਜਦੋਂ ਤੂੰ ਪਾਥੀਆਂ ਜਦੋਂ ਪੱਥਦੀ ਸੀਗੀ ਹਾਂਜੀ ਯਾਦ ਹੈ ਮੈਂ ਉੱਤੇ ਖਲੋ ਕੇ ਵੇਖਦਾ ਸੀ ਮੈਨੂੰ ਚਾਰ ਚਾਰ ਪਾਥੀਆਂ ਨਜ਼ਰ ਆਉਂਦੀਆਂ ਸੀ ਤੂੰ ਅੰਨਾ ਸੀ ਨਾ ਇਸ ਤੋਂ ਚਾਰ ਚਾਰ ਨਜ਼ਰ ਆਉਂਦੀਆਂ ਸੀ ਯਾਦ ਹੈ ਜਦੋਂ ਤੂੰ ਪਾਥੀਆਂ ਦੇ ਵਿੱਚੋਂ 5 ਰੁਪਏ ਕੱਢ ਕੇ ਕਹਿੰਦੀ ਹੁੰਦੀ ਸੀ ਲੈ ਜਾ ਗੱਚਕ ਲੈ ਕੇ ਆ ਇਹ ਗੱਚਕ ਤੇ ਘਰ ਲੈਣ ਚਲ ਜਾਂਦਾ ਅੱਛਾ ਹਾਂ ਸਹੀ ਕਹਿੰਦਾ ਉਹ ਘਰ ਹੀ ਜਾਂਦਾ ਸੀਗਾ ਦੱਸਿਆ ਹੋਣਾ ਅੰਮੀ ਨੇ ਉਹਨੇ ਦੁਕਾਨ ਪਾਈ ਸੀ ਨਾ ਪਰਚੋਂ ਹਾਂ ਇੱਕ ਦਿਨ ਮੇਰੇ ਅੱਪੂ ਨੇ ਵੀ ਦੱਸਿਆ ਮੁੰਡਾ ਆਂਦਾ ਦੱਸਣਾ ਹੀ ਆ ਤੇਰਾ ਅੱਬਾ ਸ਼ਕੀਨ ਹੀ ਇੰਨਾ ਮਕਾਨ ਜਿਹੜਾ ਆਪਣਾ ਕੋਠਾ ਸੀ ਨਾ ਉਹ ਵੀ ਮੈਂ ਲਿਪ ਲਿਆ ਗੋਹੇ ਦੇ ਨਾਲ ਤੇਰੀ ਮੇਰੀ ਸ਼ਾਦੀ ਹੋਣੀ ਚੱਲ ਆ ਚੱਲੀ ਕਿਉਂ ਤੂੰ ਕਿਉਂ ਨਹੀਂ ਜਾਣਾ ਉੱਥੇ ਗੋਵੇ ਦੀ ਬਦਬੂ ਮੱਟੀ ਸਾਰਾ ਡਸਟ ਹੁਣ ਮੈਂ ਸ਼ਹਿਰ ਚ ਆ ਗਈ ਤੂੰ ਸ਼ਹਿਰ ਚ ਮਕਾਨ ਲੈ ਫਿਰ ਮੈਂ ਤੇਰੇ ਨਾਲ ਸ਼ਾਦੀ ਕਰਾਵਾਂਗੀ ਰਾਣੋ ਇਹਦੇ ਨਾਲ ਜਾਈ ਵੀ ਨਾ ਇਹਨਾਂ ਦਾ ਕੋਠਾ ਸਾਲਾ ਲਿਪਦਾ ਵੀ ਆ ਵੀ ਆ ਰਾਣੋ ਆ ਗੱਲ ਕਰਦਾ ਇੰਜ ਲੱਗਦਾ ਜਿਵੇਂ ਕੋੜੀ ਦਵਾਈ ਖਾ ਬੈਠਾ ਵਾ ਚਲ ਆ ਰਾਣੋ ਇਹ ਕੀ ਤੂੰ ਕਹਿ ਰਹੀ ਸੌਰੀ ਮੈਂ ਨਹੀਂ ਜਾਣਾ ਹੁਣ ਓਏ ਰਾਣੋ ਇੱਥੇ ਕੀ ਹੈ ਸ਼ਹਿਰ ਦੇ ਵਿੱਚ ਉਹ ਪਿੰਡ ਚੱਲ ਮੇਰੇ ਨਾਲ ਉੱਥੇ ਤੈਨੂੰ ਪਤਾ ਸਾਰੀਆਂ ਸਹੂਲਤਾਂ ਨੇ ਆਪਣੇ ਘਰ ਦਾ ਦੁੱਧ ਵੀ ਹੁੰਦਾ ਵਾ ਉਹ ਚਾਟੀ ਚ ਮਧਾਣੀ ਫਿਰ ਉਹ ਇੰਜ ਕਰਕੇ ਮੱਖਣ ਕੱਢੋ ਖਾਓ ਪੀਓ ਤਾਕਤ ਬਣਾਓ ਇੱਥੇ ਕੀ ਹੈ ਸ਼ਹਿਰ ਦੇ ਵਿੱਚ ਬਹੁਤ ਕੁਛ ਹੈ ਬਟ ਮੈਂ ਪਿੰਡ ਚ ਨਹੀਂ ਜਾ ਸਕਦੀ ਸੌਰੀ ਉਹ ਭੈੜੀਏ ਪਿੰਡ ਚ ਜਾਈਏ ਉੱਥੋਂ ਮੱਖਣ ਨਿਕਲਦਾ ਤਾਕਤ ਬਣਦੀ ਹੈ ਉਹ ਸ਼ਹਿਰ ਚ ਮੱਖਣ ਨਿਕਲੇ ਬੰਦਾ ਕਮਜ਼ੋਰ ਹੋ ਜਾਂਦਾ ਸ਼ਹਿਰ ਚ ਕਮਜ਼ੋਰ ਹੈ ਇਸ ਲਈ ਇੰਨਾ ਮੱਖਣ ਨਿਕਲਦਾ ਦੇਖ ਦੇਣੀ ਹੈ ਤੁਸੀਂ ਭਾਜੀ ਆ ਮੋਢਾ ਐ ਤੋਲੀਆ ਰੱਖਿਆ ਮੋਢੇ ਤੇ ਬੰਦੇ ਪੂੰਝ ਕੇ ਕੱਢਦਾ ਚੱਲ ਆ ਰਾਣਾ ਮੈਂ ਹੁਣ ਇੱਥੇ ਰਹਿਣਾ ਨੀ ਮੈਂ ਤੈਨੂੰ ਲੈਣ ਵਾਸਤੇ ਆਇਆ ਤੈਨੂੰ ਪਤਾ ਮੈਂ ਮੇਰੇ ਕੋਲ ਹੁਣ ਜਾਣ ਦਾ ਕਿਰਾਇਆ ਹੈਗਾ ਥੋੜਾ ਜਿਹਾ ਆਪਾਂ ਚੱਲਦੇ ਆ ਇਕੱਠੇ ਚੱਲ ਉੱਥੇ ਚੱਲੀਏ ਤੂੰ ਇਦਾਂ ਕਰ ਤੂੰ ਅੰਦਰ ਬਹਿ ਤੇ ਮੈਂ ਤੇਰਾ ਸੋਚਦੀ ਆ ਕਿ ਮੈਂ ਤੇਰਾ ਕੀ ਕਰਨਾ ਠੀਕ ਹੈ